रहमान रहीम, अस्सलाम वालेकुम। कैसे हैं मेरे साहब बहन भाई? उम्मीद करते हैं तो सारे ठीक ठाक होंगे, खुशबाश होंगे। अल्लाह ताला तुहानू खुश रखे, शादोबाद रखे। इसी प्यारी सी दुआ दे नाल आइए ब्लॉग दा कर दे जी आगाज। वीडियो शुरू करने तो पहले आप सब बहन भाइयों से एक छोटी सी रिक्वेस्ट कि जिन बहन भाइयों ने अभी तक यासमीन आपके चैनल को सब्सक्राइब नहीं किया तो प्लीज़ सब्सक्राइब कर लो और बैल के बटन प्रेस कर लो ताकि साड़ी हर आने वाली न्यू वीडियो का नोटिफिकेशन आप सब बहन भाइयों तक बर वक्त मिलता रहे। तो अच्छा जी, सुबह सुबह का टाइम है माशाल्लाह, बच्चे गए मस्जिद पढ़न तो आप जी लगे बना नाश्ता। बाकी इंशाल्लाह जो भी सीन होने यासमीन आप बहन भाई ने शेयर करेंगे। मैं कहनी रहन दे परोठे वाले पुत, गर्मी है नाले परोठा नहीं सही। तुम्हें खाने परोठे? अच्छा चलो, अपना मूड़ा लिया मुझे बगैर वो बरांडे च होना परौंठा पाल के आ सैम का तैयार हो गया परौंठा। सैम अली का बना मौसम भाई का बना भाई मौसम सारी भाई आ गया, नाश्ता करने लगा। नाश्ता भी हो सारी कड़ी ते साग दे चीजा ना बहुत शौक ना खाना। कड़ी बना लवा, कड़ी तो इन्ना कुछ हुंदा साग तो फिर कड़ी तेन पता खर्चे ना हुंदी इन्नी महंगाई है। फिर घ्यो दे 700 नु भी 600 650 नु घ्यो हो गया। हां जी, होर फोन आया सी बिस्मा दा, किदा सी? ठीक है, बस ठीक है भाई। अल्लाह सोना कर, अल्लाह तन्ने ठीक। बच्चे भी ठीक से? बच्चे भी ठीक है। माजिद अली बड़ा दास होया। माजिद अली तो मेरा भी बहुत दिल दास होया। वीडियो देखी थोड़ी भी उन्हें आप दे ना मोबाइल से भेजी बना के। माशाल्लाह इतना सोना लगन दिया, खेलन दिया, फको नाश्ता बनाउन दे ही है ते उदे कोले फिरन दे। हां तो कहंदी ना माजिद अली बहुत तंग करदा, शरारती होया। किरण फातिमा बहुत दास होया। ਸਾਰਾ ਦਿਨ ਪਤਾ ਬੱਚੇ ਆ, ਫਿਰ ਮਾਂ ਬਾਪ ਤੋਂ ਬਗੈਰ ਫਿਰ ਦਾਸ ਹੋ ਜਾਂਦੇ। ਹਾਂਜੀ, ਉਹਦੇ ਮਾਂ ਬਾਪ ਦੇ ਦੇਖਾ ਉਹ ਦਾਸ ਹੋਏ ਆ ਵੀ ਕਹਿੰਦੇ ਪਾਪਾ ਜਾਂਦੇ ਆ ਰਾਤ ਨੂੰ, ਤੇਰੇ ਬਾਰੇ ਜ਼ਿਆਦਾ ਕਰਦਾ ਨਾ ਹੁੰਦਾ ਛੋਟੀ ਮੈਂ ਨਾ ਇੰਨਾ ਕਰਦੀ। ਬਸ ਫਿਰ ਮਜਬੂਰੀ ਤੋਂ ਵੱਜੇ ਜਾਣਾ ਪਿਆ। ਉਹੀ ਵਿਚਾਰਾ ਅੱਲਾ ਪਾਕ ਤੰਦਰੁਸਤੀ ਦੇਵੇ। ਚਲੋ ਤੋ ਸ਼ੁਕਰ ਆ ਨਾ ਕਿ ਉਹ ਚਾਹਨਾ ਤੇ ਇਦਾਂ ਹੋ ਜਾਂਦਾ ਜਿੱਦਾਂ ਹੁਣ ਹੀ ਬਸ ਯਾਦ ਹੋਣੀ ਗਿਆ। ਬੁਰਾ ਜਿਵੇਂ ਜਿਵੇਂ
ਸੱਜੀ ਮੈਂ ਘੱਟ ਹੀ ਕਹਿੰਦਾ ਹਾਂ ਮੇਰੇ ਪਤਾ ਹੋਏਗਾ ਨਹੀਂ ਬਾਲੇ ਹੋਏ ਐਂ ਚ ਪਿੱਛ ਕੱਢੀ ਹੋਈ ਹੈ ਨਹੀਂ ਮਾਰੀ ਨਿਕਲ ਜਾਵੇ ਨਾ ਫੇਰ ਕੋਈ ਨੁਕਸਾਨ ਹੁੰਦਾ ਮੈਂ ਸਾਲਣ ਵੀ ਨਾ ਕੰਮ ਹੀ ਥੋੜਾ ਹੀ ਖਾਂਦਾ ਤੇ ਆ ਮੈਂ ਬਾਲੂ ਚੋਲਾਂ ਦੇ ਦੁੱਧ ਪਾ ਕੇ ਚੀਨੀ ਪਾ ਕੇ ਸ਼ੌਂਕ ਨਾ ਕਰੀ ਦੁੱਧ ਪਾਣਾ ਦੁੱਧ ਹੈ ਨਾ ਦੁੱਧ ਪਾਣਾ ਨਹੀਂ ਕੋਈ ਨਹੀਂ ਹੁਣ ਮੈਂ ਰੋਟੀ ਖਾ ਲਈ ਚਾਹ ਪੀਣੀ ਐ ਤੇ ਚਾਹ ਲੈਂਦਾ ਅੱਗੇ ਚਾਹ ਲਿਆਂ ਤੁਸੀਂ ਗਰਮੀ ਬਹੁਤ ਆ ਤੇ ਚਲ ਚਾਹ ਪੀ ਕੇ ਹੁਣ ਕੰਮ ਸ਼ੁਰੂ ਕਰਨਾ ਦੇਖਦੇ ਆ ਬੱਜ ਜਾਂਦੇ ਆ ਕੀ ਹਿਸਾਬ ਆ ਸੋਚਦੇ ਆ ਵੀ ਜੇ ਤੇ ਗੱਡ ਟੀਜਰ ਹੁੰਦੇ ਜਾਂ ਭਰਤੀ ਬਾਰੇ ਜਾਂ ਚਾਰ ਵਾਰੀ ਦੇ ਬਾਰੇ ਫਰੈਂਟ ਵਾਲੀ ਸਾਈਡ ਵੇਖਦੇ ਨੇ ਵੀ ਕਿਹੜੀ ਸਾਈਡ ਹੈ ਕੋਈ ਵੀ ਕੰਮ ਜਾਣੀ ਕਿ ਉਹਦੀ ਚਾਰ ਸਾਈਡਾਂ ਕਰਨੀ ਪੈਂਦੀ ਫੇਰ ਹੁੰਦਾ ਤਰੀਕੇ ਨਾਲ ਹੁੰਦਾ ਨਾ ਵੀ ਇਸ ਵਜ੍ਹਾ ਤੋਂ ਸਮਾਂ ਨਹੀਂ ਕੰਮ ਹੋਇਆ ਕੱਲ੍ਹ ਫਿਰ ਜਿਹੜਾ ਕੋਈ ਵਿੱਚ ਕਈ ਕੋਈ ਵਾਲਾ ਸੀ ਸਫਾਈ ਵਾਲਾ ਕੰਮ ਸੀ ਤਰੋੜਾ ਕਚਰਾ ਚੱਕਿਆ ਇਸ ਵਾਸਤੇ ਹੁਣ ਮੈਂ ਜਾਂਦਾ ਭਾਈ ਵੱਲ ਤੇ ਉਹਨੂੰ ਪੁੱਛਦਾ ਜਾ ਕੇ ਉਹਨੂੰ ਅੱਜ ਦਾ ਤਰੀਕਾ ਗਾਰ ਕੀ ਹੈ ਭਰਤੀ ਵਾਲਿਆਂ ਨੇ ਅਸੀਂ ਹੁਣ ਉਹ ਵੀ ਨਹੀਂ ਆਏ ਵੇਖੋ ਜਾਂ ਭਰਤੀ ਪਹਿਲੇ ਹੁੰਦੀ ਜਾਂ ਗੱਡ ਟੀਚਰ ਹੁੰਦੇ ਤੇ ਜਿਹੜੀ ਚੀਜ਼ ਵੀ ਹੋਈ ਤੇ ਫਿਰ ਉਸ ਹਿਸਾਬ ਨਾਲ ਕੰਮ ਦੀ ਸ਼ੁਰੂਆਤ ਕਰ ਲਿਆ ਚਾਚੂ ਦੀ ਹਵੇਲੀ ਆ ਜਿੱਥੇ ਮੇਰਾ ਮੀਆਂ ਕੰਮ ਕਰਦਾ ਮੈਂ ਆਪਣੇ ਭੈਣ ਭਰਾ ਨੂੰ ਦਿਖਾਉਂਦੀ ਹਾਂ ਤੂੜੀ ਚੰਨ ਹੁੰਦਾ ਹੈ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਜੀ ਤੂੜੀ ਚੰਨ ਹੁੰਦਾ ਹੈ ਹੋਰ ਮੈਂ ਕਿਹਾ ਅਸੀਂ ਤਾਂ ਹੁਣ ਆਪਣਾ ਕੰਮ ਕਰੀਏ ਨਾ ਹਾਂ ਸਹੀ ਗੱਲ ਆ ਗਰਮੀ ਵੀ ਇੰਨੀ ਹੋਈ ਆ ਤੋਵਾ ਦਿਲ ਘਬਰਾਉਂਦਿਆ ਮੈਂ ਇੱਥੋਂ ਤੱਕ ਆਈ ਨਾ ਨਿਕਲਦਾ ਹੀ ਐਤਾ ਕਹਿੰਦਾ ਸੀ ਕਿ ਹਾਂਜੀ ਉਹ ਕਿ ਮੇਰਾ ਉਦਾਂ ਵੀ ਸਾਹ ਦਾ ਤੁਹਾਨੂੰ ਪਤਾ ਹੀ ਹੈ ਮਸਲਾ ਮੇਰਾ ਤੇ ਬੜੀ ਦਿਲ ਨੂੰ ਹੋਈ ਇੱਕ ਵਾਰੀ ਸਾਹ ਲਿਆ ਆਣ ਕੇ ਚਾਚੀ ਕੋ ਪਾਣੀ ਪੀਤਾ ਤੇ ਫਿਰ ਮੈਂ ਆਣ ਆਈ ਤੁਹਾਡੇ ਹਾਂ ਬਹੁਤ ਹਾਂਜੀ ਤੁਹਾਡਾ ਤੇ ਬਹੁਤ ਹੌਸਲਾ ਵਾ ਸਹੀ ਗੱਲ ਆ ਇੰਨੀ ਗਰਮੀ 'ਚ ਜਿਹੜਾ ਬੜੀ ਮੁਸ਼ਕਲ ਕੰਮ ਕਰਨ ਦੇ ਹੈ ਅੱਲਾ ਤੁਹਾਨੂੰ ਤੰਦਰੁਸਤੀ ਦੇਵੇ ਬਸ ਕਿੰਨਾ ਕੁ ਰਹਿ ਗਿਆ ਕੰਮ ਹਾਂਜੀ ਅੱਛਾ ਹਾਂਜੀ ਲਾਈਟ ਗਈ ਹੋਈ ਹੈ ਨਾ ਹਾਂਜੀ ਚਲੋ ਮੈਂ ਕਿਹਾ ਹੁਣ ਗਵਾਹ ਵੀ ਚੱਕ ਲਈ ਹੈ ਹਾਂਜੀ ਤੁਸੀਂ ਆਪਣਾ ਕੰਮ ਕਰੀ ਜਾਓ ਮੈਂ ਆਪਣਾ ਕਰੀ ਜਾਣਾ ਹਾਂਜੀ ਨਾਲੇ ਭੈਣ ਭਰਾ ਸਾਡੇ ਸਾਰੇ ਦੇਖ ਲੈਣਗੇ ਹਾਂਜੀ ਬਾਕੀ ਮਿਹਨਤ ਮਿਹਨਤ ਰੰਗ ਲਾਉਂਦੀ ਹੁੰਦੀ ਹੈ ਇਨਸਾਨ ਅੱਲਾ ਨੂੰ ਪਸੰਦ ਆ ਹਾਂ ਕਹਦੇ ਆਜ਼ਮ ਦਾ ਨਹੀਂ ਬਸਾਰ ਕਹਦਾ ਮਿਹਨਤ ਦਾ ਫਲ ਮਿਹਨਤ ਮਿਹਨਤ ਹਾਂ ਮਿਹਨਤ ਦਾ ਫਲ ਅੱਲਾ ਦਿੰਦਾ ਹੈ ਅੱਛਾ ਜੀ ਚਾਚੂ ਦੀਆਂ ਮੱਝਾਂ ਗੋਹਾ ਚੁੱਕ ਲਿਆ ਸਾਰਾ ਇੱਧਰ ਵੀ ਚੁੱਕ ਲਿਆ ਸਾਰੇ ਸਫਾਈ ਕਰ ਲਈ ਪਾਣੀ ਪਿਆ ਕੇ ਪੱਠੇ ਲਾਏ ਆ ਪਾਣੀ ਪਿਆ ਕੇ ਇਹਨਾਂ ਨੂੰ ਬੰਨ੍ਹ ਦਿੱਤਾ ਆਹ ਰਹਿ ਗਈ ਸਕੱਟੀ ਧਿਆਨ ਨਾਲ ਧਿਆਨ ਕਈ ਜਾਨਵਰ ਡਰਦੇ ਆ ਨਾ ਇੱਦਾਂ ਨਹੀਂ ਹੁੰਦੇ ਪੱਠੇ ਆ ਲੈਟ ਗਈ ਹੋਈ ਆ ਪੱਠੇ ਕੁੱਤਣ ਗਏ ਤੇ ਫਿਰ ਬਸ ਪੱਠਿਆਂ ਦਾ ਕੰਮ ਰਹਿ ਗਿਆ ਪੱਠੇ ਕੁੱਤਰ ਕੇ ਫਿਰ ਜਾਣਗੇ ਘਰ ਰੋਟੀ ਚਾਹ ਬਣ ਕੇ ਝੱਟ ਆਰਾਮ ਕਰਨਗੇ ਫਿਰ 3 ਵਜੇ ਆਉਣਗੇ ਮਾਲ ਚਾਚੀ ਦਾ ਮਾਲ ਚਾਚੀ ਦਾ ਮਾਲ ਆ ਸਾਰਾ ਬਰਾਂਡਾ ਬਣਾਇਆ ਹੋਇਆ ਉੱਥੇ ਛਾਵੇਂ ਬੰਨੀਆਂ ਹੁੰਦੀਆਂ ਸਾਰੇ ਮੱਝਾਂ ਕੱਟੀ ਅੱਜ ਦੀ ਵੀਡੀਓ ਕਰਦੇ ਹਾਂ ਅਤੇ ਐਂਡ ਮੇਰੇ ਭੈਣਾਂ ਭਰਾ ਨੂੰ ਪਸੰਦ ਆਈ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ 'ਚ ਜ਼ਰੂਰ ਦੱਸਿਓ ਪਲੀਜ਼ ਮੇਰੀ ਵੀਡੀਓ ਪੂਰੀ ਵਾਚ ਕਰਿਓ ਅੱਲਾ